ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਚੀਨ ਵੱਲੋਂ ਹਿਰਾਸਤ ਵਿੱਚ ਲਏ ਗਏ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਕਰਵਾਉਣ ਲਈ ਸਰਕਾਰ ਪਹਿਲ ਦੇ ਆਧਾਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਚੀਨ ਨਾਲ ਉਹ ਗੱਲਬਾਤ ਕਰ ਰਹੇ ਨੇ। ਕ੍ਰਿਸਟੀਆ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣਾ ਵਿਸ਼ਵ ਭਰ ਵਿੱਚ ਮਿਲ ਕੇ ਕੰਮ ਕਰਨ ਵਾਲੇ ਮੁਲਕਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਕ੍ਰਿਸਟੀਆ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਹੀ ਓਟਵਾ ਤੋਂ ਇੱਕ ਹੋਰ ਜਾਣਕਾਰੀ ਜਾਰੀ ਹੋਈ ਸੀ ਕਿ ਚੀਨ ਕੋਲ ਪਹਿਲਾਂ ਤੋਂ ਕੈਨੇਡਾ ਦੇ 200 ਦੇ ਕਰੀਬ ਨਾਗਰਿਕ ਹਿਰਾਸਤ ਵਿੱਚ ਹਨ। ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਵੀਰਵਾਰ ਨੂੰ ਆਏ ਤੂਫਾਨ ਦਾ ਅਸਰ ਤੀਜੇ ਦਿਨ ਵੀ ਜਾਰੀ ਹੈ। ਅੱਜ ਤੀਜੇ ਦਿਨ ਵੀ ਮੈਟਰੋ ਵੈਨਕੂਵਰ ਦੇ 66,000 ਦੇ ਕਰੀਬ ਘਰਾਂ 'ਚ ਬਿਜਲੀ ਗੁੱਲ ਹੈ। ਤੂਫਾਨ ਦੌਰਾਨ ਰੁੱਖਾਂ ਦੇ ਡਿੱਗਣ ਕਾਰਨ ਬਿਜਲੀ ਦੀ ਸਪਲਾਈ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਲੱਖਾਂ ਘਰਾਂ ਦੀ ਬਿਜਲੀ ਬੰਦ ਹੋ ਗਈ ਸੀ। ਇਸ ਤੂਫਾਨ ਦੌਰਾਨ 170 ਟਰਾਂਸਫਾਰਮ, 300 ਖੰਭੇ ਤੇ 1100 ਦੇ ਕਰੀਬ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਸਨ। ਬੀਸੀ ਹਾਈਡਰੋ ਦੇ ਸੈਂਕੜੇ ਕਰਮਚਾਰੀ ਸਥਿਤੀ ਨੂੰ ਆਮ ਕਰਨ ਦੇ ਲਈ ਕੰਮ ਕਰ ਰਹੇ ਨੇ ਤੇ ਉਮੀਦ ਹੈ ਅੱਜ ਤੀਜੇ ਦਿਨ ਬਾਕੀ ਘਰਾਂ ਦੀ ਬਿਜਲੀ ਵੀ ਠੀਕ ਹੋ ਜਾਵੇਗੀ। ਫਰਾਂਸ ਵਿੱਚ ਆਮ ਲੋਕਾਂ ਦਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ। ਹਾਦਸੇ ਦਾ ਕਾਰਨ ਪ੍ਰਦਰਸ਼ਨਕਾਰੀਆਂ ਵੱਲੋਂ ਬਲੌਕ ਕੀਤਾ ਗਿਆ ਰੋਡ ਬਣਿਆ। ਇਸੇ ਭੀੜ ਦੇ ਵਿੱਚ ਫਸੇ ਇੱਕ ਟਰੱਕ ਦੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਕਾਰ ਡਰਾਈਵਰ ਦੀ ਮੌਤ ਹੋ ਗਈ। ਪਿਛਲੇ ਕਈ ਹਫ਼ਤਿਆਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਚੱਲ ਰਹੇ ਨੇ। ਖਰਚਿਆਂ ਦਾ ਬਿੱਲ ਪਾਸ ਕੀਤੇ ਬਿਨਾਂ ਤੇ ਮੈਕਸੀਕੋ ਸੀਮਾ ਦੇ ਉੱਤੇ ਦੀਵਾਰ ਬਣਾਉਣ ਦੇ ਲਈ ਧਨ ਮੁਹੱਈਆ ਕਰਵਾਉਣ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਗ ਮੰਨੇ ਬਿਨਾਂ ਅਮਰੀਕੀ ਕਾਂਗਰਸ ਦੀ ਕਾਰਵਾਈ ਸ਼ੁੱਕਰਵਾਰ ਨੂੰ ਮੁਲਤਵੀ ਹੋ ਜਾਣ ਤੋਂ ਬਾਅਦ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠੱਪ ਹੋ ਗਿਆ। ਇਹ ਮੌਜੂਦਾ ਸਾਲ ਵਿੱਚ ਤੀਜੀ ਵਾਰ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠੱਪ ਹੋਇਆ। ਇਸ ਤੋਂ ਪਹਿਲਾਂ ਕੈਪੀਟਲ ਹਿੱਲ ਵਿੱਚ ਵਾਈਟ ਹਾਊਸ ਦੇ ਅਧਿਕਾਰੀਆਂ ਤੇ ਅਮਰੀਕੀ ਕਾਂਗਰਸ ਦੇ ਦੋਵੇਂ ਦਲਾਂ ਦੇ ਆਗੂਆਂ ਵਿਚਾਲੇ ਆਖਰੀ ਗੱਲਬਾਤ ਤੱਕ ਕੋਈ ਵੀ ਸਹਿਮਤੀ ਨਾ ਬਣ ਸਕੀ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸ ਜਤਾਈ ਹੈ ਕਿ ਇਹ ਬੰਦ ਲੰਮਾ ਨਹੀਂ ਚੱਲੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੈਕਸੀਕੋ ਅਮਰੀਕਾ ਸਰਹੱਦ ਦੇ ਉੱਤੇ ਦੀਵਾਰ ਬਣਾਉਣ ਦੇ ਲਈ 5 ਅਰਬ ਅਮਰੀਕੀ ਡਾਲਰ ਦੀ ਮੰਗ ਕਰ ਰਹੇ ਨੇ, ਪਰ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਇਸ ਮੰਗ ਦਾ ਵਿਰੋਧ ਕਰ ਰਹੇ ਨੇ। I'm fighting very hard for border security, so important. I've already started building the wall. We built large sections and we're fixing up a lot of other sections that are a mess. But the fact is, we need the wall. The Democrats know it. Everybody knows it. It's only a game when they say you don't need the wall. You can look at their eyes and you can say, well, they're not telling the truth. They want to try and do anything possible to hurt us because of the fact it's politics. I understand that. I don't even hold it against them, except you should always put your country first. And they're not doing that. They're putting politics first. We have to build the wall. It will get built. We're going to complete it. A lot of progress has been made. Watch what happens.